ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਵੀ ਅੱਜ ਪ੍ਰੈਸ ਕਾਨਫਰੰਸ ਕਰਨ ਲਈ ਪਹੁੰਚੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਵੱਲੋਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ। ਉਹਨਾਂ ਆਖਿਆ ਕਿ ਕਈ ਜਗ੍ਹਾਵਾਂ ਤੇ ਹਿੰਸਕ ਘਟਨਾਵਾਂ ਨੂੰ ਕਾਂਗਰਸੀ ਕੈਬਨਿਟ ਵਜ਼ੀਰਾਂ ਤੇ ਵਿਧਾਇਕਾਂ ਨੇ ਲੀਡ ਕੀਤਾ ਅਤੇ ਪੁਲਿਸ ਅਫਸਰਾਂ ਦਾ ਜ਼ਿਕਰ ਵੀ ਇਸ ਮੌਕੇ ਕੀਤਾ ਗਿਆ ਕਿ ਉਹਨਾਂ ਸ਼ਰੇਆਮ ਬੂਥ ਕੈਪਚਰਿੰਗ ਤੇ ਚੁੱਪੀ ਬੱਟੀ ਰੱਖੀ ਅਤੇ ਖੁਦ ਨੂੰ ਬੇਬਸ ਦੱਸਿਆ। ਇਸ ਮੌਕੇ ਉਹਨਾਂ ਮੁੜ ਤੋਂ ਚੋਣ ਕਰਵਾਉਣ ਦੀ ਮੰਗ ਵੀ ਕੀਤੀ। ਕੱਲ ਮਲੂਕਾ ਸਾਹਿਬ ਦੇ ਹਲਕੇ ਚ ਰਾਮਪੁਰਾ ਪੁੰਜ ਦੇ ਵਿੱਚ ਅਸੀਂ ਜਿਹੜਾ ਕੀਤਾ ਸੀ ਕਿ ਕੈਬਨਿਟ ਮਿਨਿਸਟਰ ਗੁਰਪ੍ਰੀਤ ਸਿੰਘ ਕਾਂਗੜ ਆਪ ਸਾਰੇ ਥਾਵਾਂ ਦੇ ਉੱਤੇ ਬੂਥ ਕੈਪਚਰਿੰਗ ਕਰਾਉਂਦੇ ਰਹੇ ਔਰ ਪਟਿਆਲਾ ਦੇ ਵਿੱਚ ਜਿਹੜੀ ਬ੍ਰਹਮਿੰਦਰਾ ਸਾਹਿਬ ਦਾ ਪੀਏ ਕੱਲ ਸਾਰੇ ਚੈਨਲਾਂ ਦੇ ਉੱਤੇ ਵੀ ਦਿਖਾਇਆ ਕਿ ਕਿਸ ਤਰੀਕੇ ਜਿਹੜੀ ਹੈ ਬੂਥ ਦਰਵਾਜ਼ੇ ਲਾ ਕੇ ਤੇ ਅੰਦਰ ਲਗਾਤਾਰ ਵੋਟਾਂ ਜਿਹੜੀਆਂ ਸੀ ਉਹ ਪਾਈਆਂ ਜਾ ਰਹੀਆਂ ਸੀ। ਇਹ ਬਹੁਤੀ ਮੈਂ ਕਿਹਾ ਸ਼ਰਮਨਾਕ ਗੱਲ ਹੈ ਕਿ ਮਿਨਿਸਟਰਾਂ ਦੇ ਲੈਵਲ ਦੇ ਉੱਤੇ ਉਹਨਾਂ ਦਾ ਪਰਸਨਲ ਸਟਾਫ ਜਿਹੜਾ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਔਰ ਪੁਲਿਸ ਬਾਹਰ ਗਾਰਡ ਕਰਕੇ ਖੜੀ ਸੀ। ਇਹਦਾ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਹਾਈਲਾਈਟ ਕੀਤਾ ਮੌਕੇ ਦੇ ਉੱਤੇ ਜਿਹਦੇ ਕਰਕੇ ਇਹ ਚੀਜ਼ ਸਾਹਮਣੇ ਆਈ। ਲੇਕਿਨ ਇਸ ਲੈਵਲ ਦੀ ਇਨਵਾਇਰਮੈਂਟ ਹੈ ਬੂਥ ਕੈਪਟਨ ਦੇ ਵਿੱਚ ਰਿਗਿੰਗ ਦੇ ਵਿੱਚ ਇਹ ਗੱਲ ਮੈਂ ਸ਼ਾਮਲ ਜ਼ਰੂਰ ਕਰਨੀ ਚਾਹੁੰਦਾ। ਔਰ ਹੁਣ ਜਿਹੜੀ ਅਗਲੀ ਸਮੱਸਿਆ ਖੜੀ ਹੈ ਇੱਕ ਤਾਂ ਪਹਿਲਾਂ ਹੈ ਕਿ ਜਿਹੜੇ ਬਾਕੀ ਥਾਵਾਂ ਦੇ ਉੱਤੇ ਰੀਪੋਲਿੰਗ ਨਹੀਂ ਹੋਈ ਅਸੀਂ ਅੱਜ ਕਮਿਸ਼ਨ ਨੂੰ ਲਿਖ ਕੇ ਵੀ ਭੇਜ ਰਹੇ ਹਾਂ ਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਵੀ ਰੀਪੋਲਿੰਗ ਕੀਤੀ ਜਾਵੇ, ਇਹਨਾਂ ਦਾ ਜਿਹੜੀ ਕਾਊਂਟਿੰਗ ਹੈ ਉਹ ਥਾਵਾਂ ਦੀ ਰੋਕੀ ਜਾਵੇ ਕਿਉਂਕਿ ਜੇ ਕਾਊਂਟਿੰਗ ਹੀ ਹੋ ਗਈ ਇਹਨਾਂ ਥਾਵਾਂ ਦੀ ਤੇ ਫਿਰ ਉਹਦਾ ਕੋਈ ਅਰਥ ਰਹਿ ਨਹੀਂ ਜਾਂਦਾ। ਫਿਰ ਤੁਹਾਡੇ ਕੋਲ ਕੋਈ ਆਪਸ਼ਨ ਹੈ ਕਿ ਦੁਬਾਰਾ ਪਟੀਸ਼ਨ ਤੇ ਜਾਵੇ ਉਹ 5 ਸਾਲ ਡਿਸਾਈਡ ਹੋਵੇ ਨਾ ਹੋਵੇ। ਇਸ ਕਰਕੇ ਬਾਕੀ ਥਾਵਾਂ ਦੇ ਉੱਤੇ ਵੀ ਅੱਜ ਅਸੀਂ ਕਮਿਸ਼ਨ ਨੂੰ ਭੇਜਾਂਗੇ ਕਿ ਉੱਥੇ ਸਾਰਾ ਕੁਝ ਪ੍ਰੋਸੈਸ ਰੋਕ ਕੇ ਉੱਥੇ ਵੀ ਦੁਬਾਰਾ ਰੀਪੋਲਿੰਗ ਦੇ ਆਰਡਰ ਜਿਹੜੇ ਆ ਉਹ ਕੀਤੇ ਜਾਣ ਔਰ ਰੀਪੋਲਿੰਗ ਦੇ ਆਰਡਰ ਤੋਂ ਪਹਿਲਾਂ ਰਿਸਪੋਨਸੀਬਿਲਿਟੀ ਫਿਕਸ ਕੀਤੀ ਜਾਵੇ। ਜਿਹੜਾ ਸਟਾਫ ਸੀ ਉਹ ਸਾਰਾ ਚੇਂਜ ਕੀਤਾ ਜਾਵੇ, ਪੁਰਾਣੇ ਜਿਹੜਾ ਸਟਾਫ ਸੀ ਉਸ ਚ ਜਿਹੜਾ ਕਸੂਰ ਸੀ ਸੁਪਰਵਾਈਜ਼ਰੀ ਸਟਾਫ ਜਿਹੜਾ ਲਾਇਟ ਆਰਡਰ ਕੰਟਰੋਲ ਕਰਨ ਵਾਲਾ ਸਟਾਫ ਉਹਨਾਂ ਸਾਰਿਆਂ ਤੇ ਐਕਸ਼ਨ ਜਿਹੜਾ ਪਹਿਲਾਂ ਲਿਆ ਜਾਵੇ। ਇੱਕ ਹੁਣ ਜਿਹੜੀ ਵੱਡਾ ਖਤਰਾ ਸਾਡੇ ਸਾਹਮਣੇ ਖੜਾ ਕਾਊਂਟਿੰਗ ਦੇ ਉੱਤੇ ਫੇਰ ਫੀਲਡ ਦੇ ਵਿੱਚੋਂ ਜਿਸ ਤਰ੍ਹਾਂ ਦੀ ਐਪਰੀਹੈਂਸ਼ਨ ਸਾਨੂੰ ਸਾਰੇ ਜ਼ਿਲ੍ਹਿਆਂ ਤੋਂ ਨਜ਼ਰ ਆ ਰਹੀ ਹੈ ਕਿ ਉਹ ਵੀ ਪ੍ਰੋਸੈਸ ਜਿਹੜੀ ਹੈ ਉਹਦੇ ਉੱਤੇ ਵੀ ਗਵਰਨਮੈਂਟ ਪ੍ਰਭਾਵ ਪਾ ਕੇ ਤੇ ਕਾਊਂਟਿੰਗ ਨੂੰ ਅਫੈਕਟ ਕਰਨ ਦੀਆਂ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਕਰੇ। ਉਹਦੇ ਲਈ ਇੱਕ ਤਾਂ ਬਹੁਤ ਥਾਵਾਂ ਤੋਂ ਸਾਨੂੰ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਕੈਂਡੀਡੇਟਸ ਨਵੇਂ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ, ਕਈ ਫਸਟ ਟਾਈਮ ਇਲੈਕਸ਼ਨ ਲੜਦੇ ਆ ਤੇ ਕੁਛ ਕੁ ਨੇ ਇਹ ਵੀ ਖਲਚਾ ਜਾਹਰ ਕੀਤਾ ਹੈ ਕਿ ਸਾਡੇ ਕੋਲੋਂ ਸਾਈਨ ਜਿਹੜੇ ਆ ਪਹਿਲਾਂ ਕਰਾ ਲਏ ਗਏ। ਜਦੋਂ ਸਪੈਸੀਮਨ ਸਿਗਨੇਚਰ ਲਏ ਜਾਂਦੇ ਆ ਕੈਂਡੀਡੇਟ ਦੇ ਉਦੋਂ ਦੋ ਦੋ ਤਿੰਨ ਤਿੰਨ ਫਾਰਮ ਐਕਸਟਰਾ ਸਾਈਨ ਕਰਾ ਲਏ ਜਾ ਰਹੇ ਆ। ਉਹਨਾਂ ਨੂੰ ਇਹ ਹੈ ਕਿ ਉਹ ਫਾਰਮ ਸੀ ਜਿਹੜਾ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਜਿਹਨਾਂ ਤੇ ਰਿਜ਼ਲਟ ਡਿਕਲੇਅਰ ਹੁੰਦਾ ਤੇ ਕੈਂਡੀਡੇਟ ਦਾ ਸਾਈਨ ਲਏ ਜਾਂਦਾ। ਇਸ ਕਰਕੇ ਇਹ ਬਹੁਤ ਵੱਡਾ ਖਤਰਾ ਹੈ। ਇੱਕ ਤਾਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਅੱਜ ਅਸੀਂ ਲਿਖ ਕੇ ਵੀ ਭੇਜਾਂਗੇ ਕਿ ਉਹ ਪਰਫਾਰਮਾ ਹੀ ਚੇਂਜ ਕਰਕੇ ਅੱਜ ਨਵਾਂ ਇਸ਼ੂ ਕੀਤਾ ਜਾਵੇ ਸਾਰੇ ਪੰਜਾਬ ਦੇ।